दो साल तक हो गए बच्चे ਕੀ ਗਾਰੰਟੀ ਲੈਣੇ ਹੋ ਵੀ ਕਿੰਨੀ ਦੇਰ ਤੱਕ ਹੈ ਤੁਸੀਂ ਬੱਚੇ ਨੂੰ ਬਾਹਰ ਭੇਜੋਗੇ ਸਰ ਅਸੀਂ ਜਿਹੜੀ ਅਗਲੀ ਇਨਟੇਕ ਹੈ ਸਤੰਬਰ ਦੇ ਵਿੱਚ ਹੈ ਅਸੀਂ ਸਤੰਬਰ ਦੇ ਇਨਟੇਕ ਚ ਭੇਜਾਂਗੇ ਇਨ ਕੇਸ ਜੇ ਬੇਰੀ ਬੱਚਿਆਂ ਦੇ ਵੀਜ਼ਾ ਰਿਫਿਊਜ਼ ਹੁੰਦੇ ਆ ਦੈਨ ਕੀ ਕਰੋਗੇ ਫਿਰ ਸਰ ਅਸੀਂ ਦੇਖਾਂਗੇ ਉਹਦਾ ਹੱਲ ਐਸੇ ਲੈ ਤੇ ਦੇਖੋ ਸਰ ਅਸੀਂ ਨਾ ਜਦੋਂ ਇਹਨਾਂ ਨੇ ਪਿਛਲੀ ਨਹੀਂ ਦੇਖ ਤਾਂ ਤੁਸੀਂ ਬ੍ਰਦਰ 3 ਸਾਲ ਤੋਂ ਰਹੇ ਹੋ ਗੱਲ ਤਾਂ ਆਪਾਂ ਇਨਸਟੈਂਟਲੀ ਕਰੀਏ ਨੂੰ ਇਹਨੂੰ ਮੈਂ ਫਾਈਨਲ ਕਰਨ ਆਇਆ ਐਪੀਸੋਡ ਨੂੰ ਇਹਨੂੰ ਆਪਾਂ ਨਾ ਤਾਂ ਪਾਰਟਲੀ ਐਪੀਸੋਡ ਲੈਣੇ ਇਹਦੇ ਇਹਨੂੰ ਮੈਂ ਫਾਈਨਲ ਅੱਜ ਕਰਕੇ ਜਾਣਾ ਇੱਥੋਂ ਰਾਈਟ क्योंकि देखो जो इन्हें इन्होंने कर्जा चक के माँ बाप ने किदा तो पैसे दिते ने तो थ्रू ही गया इतना नहीं जानते कैनेडियन के बैंक का कि कॉलेज है की आई सारा कुछ मीडिया यू आर द मीडिएटर राइट तुम अपनी पिछों फीस ली है जो भी तो सिस्टम होंगे पर आप जो दो साल तो इन्होंने बच्चों को मगर ही लाई रखा जिन्हों का गैप भी पै गया फ्यूचर भी खराब हो गया हाँ जी जो भी मतलब सपोर्ट चाहिए दोबारा कोशिश करते हैं कि कैनेडा चले जाए असि वधिया कॉलेज दे नाल टाई अप कीता है ठीक है इन्हां दा मेन मकसद सीगा ते चंगी पढ़ाई लेना पर कैनेडा दे विच आके इंडिया दा बच्चा दा होएगा कि कैनेडा जाके सेटल होना है कई बच्चा दा होएगा कि पढ़ के इंडिया च वापस आना है ते असि अपने घर बार गिरवी रख के मां बाप दे गहने बेच के किस तरीके रिश्तेदार तो कर्जा चुक के फिर तुहानू पेमेंटा कर देने क्योंकि सारे तुसी आ देख लो बच्चे दे चेहरे ढाई साल हो गए तो नहीं नहीं तुसी तुहाडे थ्रू तां गई है ना सर मेरी गारंटी गल सुनो ना बच्चे हैं तो असी भी पेमेंट करते हैं बच्चे सीधा कॉलेज में पेमेंट करते हैं और साडे कोल भी आंदे नहीं पेमेंट बच्चे कॉलेज दे विच पेमेंट करते हैं आफ्टर सिलेक्टिंग द कोर्स को ਜਿਹੜੇ ਕਾਲਜ ਨਾਲ ਅਸੀਂ ਟਾਈ ਅਪ ਕਰਦੇ ਆ ਕਿਸੇ ਇੰਡੀਆ ਦੇ ਵਿੱਚ ਯੂਜੀਸੀ ਹੈ ਜਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ ਠੀਕ ਹੈ ਕਾਫੀ ਸਾਰੇ ਸਕੂਲ ਹੈ ਜਿਹੜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ ਅਫੀਲੀਏਟਡ ਹੁੰਦੇ ਆ ਅਸੀਂ ਜਿਹੜੇ ਕਾਲਜ ਬੱਚਿਆਂ ਨੂੰ ਰਿਕਮੈਂਡ ਕਰਦੇ ਆ ਉਹ ਸਾਰੇ ਕਾਲਜ ਉੱਥੇ ਦੀ ਸਰਕਾਰ ਨੇ ਅਪਰੂਵ ਕੀਤੇ ਕਾਲਜ ਹੁੰਦੇ ਆ ਅਸੀਂ ਉਸੇ ਵਕਤ ਬੱਚਿਆਂ ਨੂੰ ਤੁਸੀਂ ਇਹ ਗੱਲ ਨੂੰ ਮੰਨਦੇ ਹੋ ਨਾ ਰਿਕਮੈਂਡ ਤੁਸੀਂ ਕੀਤੇ ਆ ਸਰ ਕਮਿਸ਼ਨ ਤਾਂ ਵੱਡਾ ਇੰਨਾ ਵੀ ਹੁੰਦਾ ਇਸ ਤੋਂ ਲੈ ਅਸੀਂ ਰਿਕਮੈਂਡ ਤਾਂ ਕਰਦੇ ਸਰ ਨਹੀਂ ਨਹੀਂ ਇੱਕ ਮਿੰਟ ਦੋਸਤ ਜੇ ਇਹਨਾਂ ਬੱਚਿਆਂ ਤਾਂ ਨਹੀਂ ਸੀ ਸੁਪਨਾ ਆਉਂਦਾ ਨਾ ਫਲਾਣੇ ਕਾਲਜ ਚ ਫੀਸ ਜਮ੍ਹਾਂ ਕਰਾਣੀ ਆ ਉਹ ਤਾਂ ਤੁਸੀਂ ਤੁਹਾਡੀ ਰਿਕਮੈਂਡੇਸ਼ਨ ਤੋਂ ਬਾਅਦ ਹੀ ਇਦਾਂ ਤੁਸੀਂ ਕਿਹਾ ਤਾਂ ਹੀ ਹੋਏ ਨਾ ਪੈਸੇ ਜਮ੍ਹਾਂ ਅਸੀਂ ਇਸ ਤਰ੍ਹਾਂ ਦੇ ਬੱਚੇ ਦਾ ਨਾ ਅਸੀਂ ਪ੍ਰੋਫਾਈਲ ਬਣਾਉਂਦੇ ਆ ਕਿ ਉਹਦੇ ਆਈਲ ਸਕੋਰ ਕਿੰਨੇ ਆ यार मेरी गल सुनो ये तारा लाल एक मिनट की ना तो अरोड़ा साहब ध्यान मेरी गल सुनो मेरी ये सबमिशन समझ लो मेरी वार्निंग समझ लो जो मर्जी समझ लो आप इन्हों बच्चों पैसे वापस करने हैं जिदा तुम दसो कि करते हो इन्होंने नहीं तो को कुछ भी करा दो साल फिर सर इदा है जी जगह तो है ये जगह हम साढ़े को ठीक है सुनो मेरी गल सितंबर तक साढ़े को रहेगी जे साडे बच्चों का वीजा लग गया तो असं तुहाडी जगह छड्ड देंगे उम्मीद है इतने बच्चे कारोबार करेंगे असं इतने रेस्टोबार बनाने लगे कुछ भी कारोबार करेंगे ठीक है तुम जो कार्रवाई बनती है कानूनी तुम कर लो जो असं करनी असं करना राइट
ਅਸੀਂ ਜਿਹੜਾ ਕਰੋੜਾਂ ਰੁਪਈਆ ਲੈ ਕੇ ਤੁਸੀਂ ਹਜਮ ਕਰਕੇ ਗੁਰਗਾਓਂ ਬੈਠੇ ਹੋ ਉਹ ਸੌਰੀ ਇਹ ਚੀਜ਼ਾਂ ਨਹੀਂ ਚੱਲਣੀਆਂ ਕਾਇੰਡਲੀ ਇਹਨੂੰ ਤੁਹਾਨੂੰ ਕਰਨਾ ਪਏਗਾ ਅਦਰਵਾਈਜ਼ ਮੈਂ ਇਹਨੂੰ ਸੀਲ ਕਰਾਵਾਂਗਾ ਸੀਲ ਕਰਾ ਕੇ ਫਿਰ ਜੋ ਵੀ ਕਾਰਵਾਈ ਹੋਗੀ ਦੇਖਾਂਗੇ ਕੀ ਕਰਨਾ ਇਹ ਹੁਣ ਤੁਹਾਨੂੰ ਕਲੀਅਰ ਜੀ ਗੱਲ ਹੈਗੀ ਇਹਨੂੰ ਤੁਸੀਂ ਆਪਣੀ ਭਾਸ਼ਾ 'ਚ ਇਹਨੂੰ ਕਿੱਦਾਂ ਲੈਂਦੇ ਹੋ ਤੁਹਾਨੂੰ ਪਤਾ ਹੋਊਗਾ ਕਿਉਂਕਿ ਪੰਜਾਬੀਆਂ ਨਾਲ ਵਿਆਹ ਤੁਹਾਡਾ ਮੇਰਾ ਪਹਿਲੀ ਵਾਰ ਪਿਆ ਸ਼ਾਇਦ ਨਹੀਂ 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 ਤੁਸੀਂ ਦੇਖੋ ਦੋ ਸਾਲ ਤੋਂ ਢਾਈ ਸਾਲ ਤੋਂ ਬੱਚਿਆਂ ਨੂੰ ਤੁਸੀਂ ਖਰਾਬ ਕਰ ਰਹੇ ਹੋ ਮੰਨ ਲਿਆ ਇੱਕ ਉਹਨਾਂ ਤੋਂ ਕੋਈ ਤੁਹਾਡਾ ਚਾਂਸ ਮਿਸ ਹੋ ਗਿਆ ਜਾਂ ਖਰਾਬ ਹੋ ਗਿਆ ਸੈਕਿੰਡ ਥਰਡ ਫੋਰਥ ਫਰਵਰੀ ਦੇ ਵਿੱਚ ਵੀ ਬੱਚੇ ਬਾਹਰ ਭੇਜੇ ਜਾਂਦੇ ਨੇ ਸਪਟੰਬਰ ਵਿੱਚ ਵੀ ਭੇਜੇ ਜਾਂਦੇ ਨੇ ਤਿੰਨ ਤਿੰਨ ਐਪੀਸੋਡ ਜੁਲਾਈ 'ਚ ਵੀ ਭੇਜੇ ਜਾਂਦੇ ਤਿੰਨ ਤਿੰਨ ਹੁੰਦੇ ਨੇ ਯਾਰ ਸਮੈਸਟਰ ਜੇ ਸਾਲ ਤਿੰਨ ਤਿੰਨਾਂ ਦਾ ਵਿੱਚ ਤੁਸੀਂ ਲਾ ਲਓ ਤਿੰਨਾਂ ਸਾਲਾਂ ਦੇ ਵਿੱਚ ਕਿੰਨੇ ਬਣ ਗਏ ਨੌ ਸਮੈਸਟਰ ਨਹੀਂ ਤੁਸੀਂ ਬੱਚੇ ਨੂੰ ਭੇਜ ਸਕੇ ਅਤੇ ਹੁਣ ਤੁਸੀਂ ਕੀ ਭੇਜ ਦਿਓਗੇ ਮੈਨੂੰ ਦੱਸਿਓ ਨਹੀਂ ਤੁਸੀਂ ਇੱਕ ਗੱਲ ਸੁਣੋ ਮੇਰੀ ਗੱਲ ਦਾ ਧਿਆਨ ਨਾਲ ਜਵਾਬ ਦਿਓ ਤੁਸੀਂ ਇਹ ਕਾਰੋਬਾਰ ਕਿਸ ਚੀਜ਼ ਦਾ ਖੋਲ੍ਹਿਆ ਮੈਨੂੰ ਲੈਟ ਦਮ ਨੋ ਬਈ ਇਹ ਦੱਸੋ ਮੈਨੂੰ ਕੀ ਹੈ IDP ਇੰਡੀਆ ਜੇ ਉਹ ਜੋ ਵੀ ਤੁਹਾਡਾ ਹੈਗਾ ਇਹਦਾ ਮਤਲਬ ਕੀ ਹੈ ਇੱਥੇ ਤੁਸੀਂ ਕੀ ਕਰਦੇ ਹੋ ਬਰੋ ਗੱਲ ਛੱਡੋ ਪਰੇ ਮੇਰੀ ਗੱਲ ਸੁਣੋ ਮੇਰੀ ਅਰੋੜਾ ਸਾਹਿਬ ਗੱਲ ਸੁਣੋ ਮੈਂ ਆਪਣੇ ਵੱਲੋਂ FIR ਲਾਂਚ ਕਰਾਊਂਗਾ ਮੈਂ ਆਪਣੇ ਵੱਲੋਂ ਨੋਟ ਬੱਚਿਆਂ ਵੱਲੋਂ ਇਹਦਾ ਪਾਰਟੀ ਮੈਂ ਡਾਇਰੈਕਟ ਬਣੂੰਗਾ ਜੋ ਮਰਜ਼ੀ ਹੋ ਜੂਗੀ ਰਾਈਟ ਅਤੇ ਕਾਇੰਡਲੀ ਮੈਂ ਨਹੀਂ ਚਾਹੁੰਦਾ ਮੈਂ ਤੁਹਾਡੇ ਨਾਲ ਵੀ ਧੱਕਾ ਕਰਾਂ ਜੇ ਆਪਾਂ ਇਮਾਨਦਾਰੀ ਨਾਲ ਭਾਈਚਾਰਾ ਸਮਝ ਕੇ ਇਹਨਾਂ ਬੱਚਿਆਂ ਦੀ ਐਡਜਸਟਮੈਂਟ ਜਾਂ ਜੋ ਵੀ ਇਹਨਾਂ ਦਾ ਕਰਨਾ ਗ੍ਰੇਸਫੁਲ ਵੇ ਨਾਲ ਜਿਹਦਾ ਫਰੂਟਫੁਲ ਰਿਜ਼ਲਟ ਹੋਵੇ ਦੈਨ ਆਪਾਂ ਟੋਕ ਕਰ ਸਕਦੇ ਅਦਰਵਾਈਜ਼ ਮੇਰੀ ਕੋਈ ਟੋਕ ਨਹੀਂ ਹੋਏਗੀ ਤੁਹਾਡੇ ਨਾਲ ਮੈਂ ਲੋਲੀਪੋਪ ਨਾ ਬੱਚਿਆਂ ਨੂੰ ਦੇਣੇ ਆ ਨਾ ਮੈਂ ਇੱਥੇ ਪੋਲੀਟਿਕਸ ਕਰਨਾ ਆ ਇੱਥੇ ਬੱਚਿਆਂ ਦੇ ਫਿਊਚਰ ਦਾ ਸਵਾਲ ਆ ਨਹੀਂ ਫਿਰ ਦੇਖੋ ਨਹੀਂ ਨਹੀਂ ਤੁਸੀਂ ਲਏ ਨਹੀਂ ਇਹ ਆਪ ਜਾ ਕੇ ਦੇ ਆਏ ਉਹਨਾਂ ਨੂੰ ਤੁਸੀਂ ਕਿਹਾ ਤੁਹਾਡਾ ਵਿੱਚ ਹੱਥ ਆ ਤੁਹਾਡੇ ਰਿਕਮੈਂਡੇਸ਼ਨ ਤੇ ਗਏ ਆ ਨਾ ਕਮਿਸ਼ਨ ਵੀ ਤੁਹਾਨੂੰ ਤੁਸੀਂ ਇੱਥੇ ਕੋਈ ਲੋਕ ਸੇਵਾ ਥੋੜੀ ਕਰਦੇ ਹੋ ਇੱਕ ਮਿੰਟ ਅਰੋੜਾ ਸਾਹਿਬ ਤੁਸੀਂ ਲੋਕ ਸੇਵਾ ਕਰਦੇ ਹੋ ਜਿਹੜੇ AC ਲਾਏ ਨੇ ਤੁਸੀਂ ਬਾਹਰ ਤਾਮ ਜਾਮ ਲਾਇਆ ਤੇ ਇਹਨਾਂ ਦੇ ਬੱਚਿਆਂ ਦੀ ਕਮਿਸ਼ਨਾਂ ਦੇ ਉੱਤੇ ਤੁਹਾਡਾ ਸਿਸਟਮ ਚੱਲਦਾ ਉਹ ਪੈਸਾ ਕਿੱਥੇ ਜਾਂਦਾ ਦੱਸੋ ਇਹਨਾਂ ਤੋਂ ਲੈ ਕੇ ਤੁਸੀਂ ਅੱਗੇ ਦਿੰਦੇ ਹੋ ਆਪਦੀ ਜੋ ਵੀ ਤੁਹਾਡਾ ਸਿਸਟਮ ਹੁੰਦਾ ਵਿੱਚ ਬਾਕੀ ਏਜੰਟਾਂ ਨੇ ਵੀ ਮੋੜੇ ਆ ਤੇ ਬਾਕੀ ਏਜੰਟਾਂ ਨੇ ਮੋੜੇ ਤਾਂ ਤੁਹਾਨੂੰ ਕੀ ਪ੍ਰੋਬਲਮ ਆ ਇਹ ਸਭ ਤੋਂ ਵੱਡੀ ਕੰਪਨੀ ਆ ਛੋਟੀ ਕੰਪਨੀ ਦੇਖੋ ਅੱਜ ਤਾਂ ਮੈਂ ਆਇਆ ਕੱਲਾ ਸੁਣ ਲਓ ਮੇਰੀ ਗੱਲ ਅੱਜ ਆਇਆ ਮੈਂ ਕੱਲਾ ਬੱਚਿਆਂ ਦੇ ਨਾਲ ਕੱਲ ਨੂੰ ਮੈਂ ਇੱਥੇ ਆਪ ਬੈਠੂੰਗਾ ਵਿਦ ਪ੍ਰੈਸ ਵਿਦ ਸਾਰੇ ਸੋਸ਼ਲ ਮੀਡੀਆ ਸਾਰੇ ਇੱਥੇ ਹੋਣਗੇ ਪੁਲਿਸ ਆਫੀਸਰ ਵੀ DC ਸਾਹਿਬ ਵੀ ਮੈਂ ਇੱਥੇ ਕਮਿਸ਼ਨਰ ਸਾਹਿਬ ਵੀ ਇੱਥੇ ਹੋਣਗੇ ਸਾਰੇ ਹੋਣਗੇ ਕਹਿੰਦਾ ਮਤਲਬ ਫੈਸਲਾ ਟੇਬਲ ਤੇ ਹੋ ਬਾਹਰ ਸੜਕ ਤੇ ਬੈਠ ਕੇ ਫੈਸਲਾ ਹੋਏਗਾ ਬੰਦ ਕਮਰੇ 'ਚ ਨਹੀਂ ਹੋਣਾ ਤੁਸੀਂ ਕਾਇੰਡਲੀ ਤੁਹਾਨੂੰ 24 ਘੰਟੇ ਦਿੱਤੇ ਆਪਣਾ ਵਿਚਾਰ ਲਓ ਸੋਚ ਲਓ ਅਦਰਵਾਈਜ਼ ਆਪਣਾ ਪੜਿਆ ਤੁਸੀਂ ਆਪ ਦੇਖਣਾ ਵੀ ਤੁਸੀਂ ਘੱਟੇ ਜਾਣਾ ਕਿ ਵੱਧਦੇ ਜਾਣਾ ਧੰਨਵਾਦ ਬੰਦ ਕਰੋ ਜੀ ਧੰਨਵਾਦ ਪੰਡਿਤ ਜੀ ਮੈਂ ਆ ਗਿਆ ਬਸ ਆ ਗਿਆ ਤੁਹਾਡੇ ਲਈ ਕਿੱਡੀ ਗੱਲ ਤੁਸੀਂ ਜਾਓ ਕੋਈ ਗੱਲ ਨਹੀਂ।